ਭਵਾਨੀਗੜ੍ਹ ਵਿਖੇ ਅੱਜ ਦੇਰ ਸ਼ਾਮ ਸਾਬਕਾ ਸਾਂਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਢੀਂਡਸਾ ਪਿਓ ਪੁੱਤਰ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਬਲਕਿ ਇਸ ਸੰਬੰਧੀ ਫੈਸਲਾ ਪਾਰਟੀ ਦੀ ਕੋਰ ਕਮੇਟੀ ਨੇ ਕਰਨਾ ਹੈ ਤੇ ਜਿਵੇਂ ਹੀ ਵਰਕਰਾਂ ਦਾ ਇਹ ਮਤਾ ਪਾਰਟੀ ਕੋਲ ਪਹੁੰਚੇਗਾ ਇਸ ਸੰਬੰਧੀ ਕਾਰਵਾਈ ਕੀਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸ ਨੇ ਆਪਣੇ 3 ਸਾਲਾਂ ਦੇ ਰਾਜ ਵਿੱਚ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਕਾਂਗਰਸ ਦੀਆਂ ਜਨ ਵਿਰੋਧੀ ਨੀਤੀਆਂ ਕਾਰਨ ਸੂਬੇ ਦੀ ਜਨਤਾ ਘੁੱਟਣ ਮਹਿਸੂਸ ਕਰ ਰਹੀ ਹੈ ਤੇ ਹੁਣ ਕੈਪਟਨ ਸਰਕਾਰ ਨੇ 20% ਖਰਚਿਆਂ 'ਚ ਕਟੌਤੀ ਕਰਕੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਵੀ ਠੱਪ ਕਰ ਦਿੱਤਾ ਹੈ। ਉਹਨਾਂ ਸਰਕਾਰ ਤੇ ਨਿੱਜੀ ਕੰਪਨੀਆਂ ਵਿੱਚ ਮਿਲੀ ਭੁਗਤ ਹੋਣ ਦੇ ਦੋਸ਼ ਲਗਾਉਂਦਿਆਂ ਆਖਿਆ ਕਿ ਕੈਪਟਨ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਇੱਕ ਨਿੱਜੀ ਕੰਪਨੀ ਨੂੰ ਲਾਭ ਦੇਣ ਲਈ ਕੀਤੇ 1400 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਰਾ ਬੋਝ ਆਮ ਜਨਤਾ ਤੇ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਕਾਸ਼ ਚੰਦ ਗਰਗ, ਸਾਬਕਾ ਸਾਂਸਦੀ ਸਕੱਤਰ ਸੁਰਿੰਦਰ ਕੁਮਾਰ, ਸਾਬਕਾ ਡਾਇਰੈਕਟਰ FCI ਤੋਂ ਇਲਾਵਾ ਪ੍ਰੇਮ ਚੰਦ ਗਰਗ, ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਹੈਪੀ ਰੰਧਾਵਾ ਤੇ ਸਤਪਾਲ ਸਿੰਘ ਕਾਕੜਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ਅੱਜ ਪੜ੍ਹਿਆ ਪਰ ਮੈਂ ਹਲੇ ਕਿ ਮੇਰੇ ਨਹੀਂ ਜੋ ਆਊਗਾ ਫਿਰ ਸਾਡੀ ਜੋ ਫੈਸਲੇ ਹੁੰਦੇ ਕੋਰਟ ਕਮੇਟੀ ਕਰ ਦਿੰਦੇ। ਸਰ ਮਲੂਕਾ ਸਾਹਿਬ ਕਹਿ ਰਹੇ ਜੀ ਪਹੁੰਚ ਗਿਆ ਜੀ, ਅਸੀਂ ਕੱਲ ਹੀ ਭੇਜਤਾ ਸੀ ਨਾਲ ਪਾਰਟੀ ਆਫਿਸ ਗਿਆ ਹੋਣਾ ਨਾ, ਪਾਰਟੀ ਆਫਿਸ ਚਲਾ ਗਿਆ ਹੋਣਾ, ਮੇਰੇ ਕੋਲ ਨਹੀਂ ਆਇਆ ਸਰ। ਸੋ ਇਸ ਕਰਕੇ ਸਾਡੀ ਜੋ ਵੀ ਹੁੰਦਾ ਫੈਸਲਾ ਨਾ ਪਾਰਟੀ ਕੋਰਟ ਕਮੇਟੀ ਕਰ ਦਿੰਦੀ। ਅਤੇ 20% ਜਿਹੜਾ ਹੈਗਾ ਸਰਕਾਰ ਨੇ ਖਰਚਿਆਂ 'ਚ ਕਟੌਤੀ ਕਰਨ ਦੀ ਗੱਲ ਕਹੀ ਹੈ, 20% ਅਤੇ 10 ਨਵੇਂ ਟੈਂਡਰਾਂ 'ਤੇ ਰੋਕ ਲਾਈ ਹੈ। ਗੱਲ ਹੈ ਕਿ ਪਿਛਲੇ 3 ਸਾਲਾਂ 'ਚ ਤੁਸੀਂ ਦੇਖੋ ਕਿ ਕੰਮ ਕੀਤਾ, ਕਟੌਤੀ ਨਵੀਂ ਗੱਲ ਨਹੀਂ ਹੈ, ਇਹਨਾਂ ਨੇ ਸ਼ੁਰੂ ਤੋਂ ਪਿਛਲੇ 3 ਸਾਲਾਂ ਤੋਂ ਕੰਮ ਨਹੀਂ ਕੀਤਾ, ਨਾ ਡਿਵੈਲਪਮੈਂਟ ਕੀਤੀ ਹੈ, ਨਾ ਕਿਸੇ ਨੂੰ ਮਿਲਦੇ ਆ, ਨਾ ਮੁੱਖ ਮੰਤਰੀ ਕਿਤੇ ਆਉਂਦਾ ਹੈ, ਨਾ ਜਾਂਦਾ ਹੈ, ਸਰਕਾਰ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ। ਚਾਰੋਂ ਤਰਫ ਅੱਜ ਮੈਂ ਪ੍ਰੈਸ ਕਾਨਫਰੰਸ ਸਾਡੀ ਉੱਥੇ ਕੀਤੀ ਹੈ, ਦੇਖੋ ਇੱਕ ਇੱਕ ਕੰਪਨੀ ਨੂੰ 1400 ਕਰੋੜ ਰੁਪਏ ਦਾ ਫਾਇਦਾ ਦਿੱਤਾ। ਇਸ ਵੱਡਾ ਸਕੈਮ ਅੱਜ ਬਿਜਲੀ ਦਾ ਮੈਂ ਦੱਸਿਆ, ਜਿੱਥੇ 1400 ਕਰੋੜ ਦਾ ਸਕੈਮ ਇਹਨਾਂ ਨੇ ਕੀਤਾ, ਹੁਣ ਕੰਪਨੀਆਂ ਨੂੰ ਦੇ ਕੇ ਅਤੇ ਸਾਰਾ ਬੋਝ ਪਾਤਾ ਬਿਜਲੀ ਦੇ ਰੇਟਾਂ ਦਾ, ਆਮ ਜਨਤਾ ਦੇ ਬੋਝ ਪਾਤਾ ਅਤੇ ਆਪ ਕਰੋੜਾਂ ਰੁਪਏ ਛੱਡ ਗਏ। ਅਤੇ ਕਮਲਨਾਥ ਨੇ ਸਿੱਖ ਦੀ ਅਪੀਲ ਦੇ ਉੱਤੇ ਜੋ ਕਾਰਵਾਈ ਕੀਤੀ ਹੈ, SDM ਸਮੇਤ 4 ਲੋਕਾਂ ਨੂੰ ਸਸਪੈਂਡ ਕੀਤਾ ਹੈਗਾ, ਕੀ ਪ੍ਰਤੀਕਿਰਿਆ ਦੇਣ ਚਾਹੁੰਦੇ? ਮੈਂ ਉਹਦੇ ਸਾਡੀ ਡੈਲੀਗੇਸ਼ਨ ਉੱਥੇ ਜਾ ਰਹੀ ਹੈ, ਗੁਰਦਰ ਸਾਹਿਬ ਦੇ ਕਹਿਣ 'ਤੇ, ਗੁਰਦਰ ਸਾਹਿਬ ਦੀ ਅਗਵਾਈ 'ਤੇ ਚੰਦੂਮਾਜ ਸਾਹਿਬ ਦੇ ਨਾਲ ਹੈ ਅਤੇ ਨਰੇਸ਼ ਗੁਰਾ, ਸਾਰੀ ਡੈਲੀਗੇਸ਼ਨ ਦੀ ਡਿਊਟੀ ਲਾਈ ਹੈ, ਉਹ ਜਾ ਕੇ ਐਗਜ਼ਾਮਿਨ ਕਰਨਗੇ ਅਤੇ ਉਹਦੇ ਬਾਅਦ ਮੈਂ ਕਹਿੰਦਾ। ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਵਿਖੇ ਆਏ ਨੇ, ਉਹ ਵਰਕਰਾਂ ਨੂੰ ਹੌਸਲਾ ਦੇਣ ਦੀ ਲਿਆ ਆ ਰਹੇ ਨੇ, ਕਿਉਂਕਿ ਸੰਗਰੂਰ ਦੇ ਵਿੱਚ ਜੋ ਉਥਲ ਪੁਥਲ ਚੱਲ ਰਹੀ ਹੈ ਉਸ ਦੇ ਲਈ ਸਾਰਿਆਂ ਨੂੰ ਇਹ ਹੌਸਲਾ ਦੇਣ ਆਏ ਨੇ ਵੀ ਡਟ ਕੇ ਕੰਮ ਕਰੋ, ਪਾਰਟੀ ਦੇ ਨਾਲ ਖੜੋ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਸਾਰੇ ਆਗੂ ਅਤੇ ਵਰਕਰ ਪੂਰਾ ਸਹਿਯੋਗ ਦੇਣ ਤਾਂ ਕਿ ਉਹਨਾਂ ਦੀ ਤਾਕਤ ਹੋਰ ਵਧੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਮੇਰੀ ਰਿਹਾਇਸ਼ 'ਤੇ ਆਏ ਸੀਗੇ, ਉੱਥੇ ਉਹ ਸਾਰੇ ਵਰਕਰਾਂ ਨੂੰ ਮਿਲ ਕੇ ਗਏ ਨੇ ਔਰ ਪਾਰਟੀ ਦੀ ਮਜ਼ਬੂਤੀ ਦੇ ਲਈ ਉਹਨਾਂ ਨੇ ਵਿਚਾਰਾਂ ਕੀਤੀਆਂ ਨੇਗੀਆਂ ਔਰ ਸਾਰੇ ਵਰਕਰਾਂ ਨੇ ਭਰੋਸਾ ਦਿੱਤਾ
ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜ੍ਹੇ ਨੇ ਔਰ ਮੈਂ ਉਮੀਦ ਕਰਦਾ ਕਿ ਉਹਨਾਂ ਦੀ ਇਸ ਫੇਰੀ ਦੇ ਨਾਲ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆਊਗਾ। ਭਾਵੇਂ ਪਾਰਟੀ ਦੇ ਵਿੱਚ ਸਮੇਂ ਬਸਮੇਂ ਬਹੁਤ ਕਈ ਤਰ੍ਹਾਂ ਦੀਆਂ ਨਾਰਾਜ਼ਗੀਆਂ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਪ੍ਰਧਾਨ ਜੀ ਦੀ ਜੋ ਵਰਕਰਾਂ ਨੂੰ ਹੌਸਲਾ ਦੇ ਕੇ ਗਏ ਨੇ ਉਹਦੇ ਨਾਲ ਇਹ ਗੱਲ ਬੜੀ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ 'ਚ ਸੰਗਰੂਰ ਔਰ ਬਰਨਾਲਾ ਜ਼ਿਲ੍ਹਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈ। ਦੇਖੋ ਢੀਂਡਸਾ ਸਾਹਿਬ ਬਹੁਤ ਸੀਨੀਅਰ ਆਗੂ ਨੇ, ਬੜੇ ਸਤਿਕਾਰਯੋਗ ਨੇ, ਮੈਂ ਉਹਨਾਂ ਬਾਰੇ ਕੋਈ ਕਮੈਂਟਸ ਨਹੀਂ ਦੇ ਸਕਦਾ।